रायकोट के पिंड लोहटबद्दी विखे रायकोट सदर पुलिस के मुखी जसपाल सिंह की रहनमई हेठ चौंकी लोहटबद्दी वालों इंचार्ज अमरजीत सिंह की अगवाई विच नशियां ड्रग्स विरोधी विशेष सैमीनार का आयोजन किया गया, जिस दौरान डीएसपी रायकोट प्रभजोत कौर ने उचेरे तौर पर शिरकत की। उन्होंने संबोधन करते आख्या कि पंजाब सरकार ते पुलिस प्रशासन सूबे विचों नशियां दे खात्मे लई पूरी तरह दृढ़ है, जिस दे तहत वड्डे पद्धर ते मुहिम चलाई गई है। उन्होंने कहा कि पंजाब विच फैली नशियां दी समाजिक कुरीति दे खात्मे लई सानू सब नू रल मिल के हंबला मारन की जरूरत है, इसलिए आम पब्लिक नशियां दे खात्मे लई पुलिस प्रशासन का साथ देवे अते पिंडां विच नशा वेचण वालियां तों जाणू करवाउण अते वरतण वालियां नू वी नशे छड्डण लई प्रेरित किया जाए। इस मौके थाणा मुखी जसपाल सिंह धालीवाल ने आख्या कि नशियां दे नकेल कसण लई आम लोग अगे आउण अते नशे नाल जुड़े लोगों बारे पुलिस नूं जानकारी देण, जिस दौरान उन्हां दी पहचान गुप्त रखी जाएगी। इस मौके वख-वख मोहतबरां अते आगूआं ने संबोधन करदिआं कहा कि नशियां दे खात्मे लई हर संभव साथ देणगे ते अपने पिंडां नूं नशियां दी दलदल विचों कढणगे। जे न्यूज पंजाबी लई रायकोट तों दलविंदर सिंह रशीन दी रिपोर्ट। ਹਾਂਜੀ, ਕੀ ਨਾਮ ਤੁਹਾਡਾ? ਅਮਰਜੀਤ ਸਿੰਘ ਜੀ, ਮੈਂ ਨਗਰ ਲੋਹਟਵੱਦੀ ਤੋਂ। ਕੀ ਕਹਿਣਾ ਜਿਹੜਾ ਅੱਜ ਇੱਕ ਸੈਮੀਨਾਰ ਕਰਵਾਇਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ? ਅੱਜ ਦਾ ਜੀ ਜੋ ਇਹ ਸਮਾਗਮ ਹੋਇਆ, ਪਹਿਲਾਂ ਮੈਂ ਕਹਿਣਾ ਵੀ ਸਾਡਾ ਨਗਰ ਹੀ ਵਧਾਈ ਦਾ ਪਾਤਰ ਹੈ ਜੀ, ਕਿਉਂਕਿ ਅੱਜ ਸਾਡੇ ਨਗਰ ਦੀ ਜੋ ਸਾਡੇ ਕਿਸਾਨ ਭਰਾਵਾਂ ਦੀ ਸੁਸਾਇਟੀ ਹੈਗੀ, ਇੱਥੋਂ ਦੀ ਸਾਰੀ ਜੋ ਪ੍ਰਬੰਧਕ ਕਮੇਟੀ ਹੈ, ਸਾਡੇ ਸਤਿਕਾਰਯੋਗ ਸਰਪੰਚ ਸਰਦਾਰ ਲਖਵੀਰ ਸਿੰਘ ਜੀ ਅਤੇ ਸਮੂਹ ਮੈਂਬਰ ਪੰਚਾਇਤ, ਅਤੇ ਨਾਲ ਸਾਡੇ ਮੈਂ ਇੱਥੇ ਪੁਲਿਸ ਚੌਂਕੀ ਦੇ ਇੰਚਾਰਜ ਸਰਦਾਰ ਅਮਰਜੀਤ ਸਿੰਘ ਜੀ, ਉਹਨਾਂ ਦੀ ਬਦੌਲਤ ਅੱਜ ਸਾਡੇ ਕੋਲ ਮੈਡਮ ਜੀ ਆਏ। ਅਸੀਂ ਸਾਰਿਆਂ ਨੂੰ ਜੀਵਾਂ ਆਖਦੇ ਹਾਂ। ਇਹਦੇ ਵਿੱਚ ਬਹੁਤ ਵੱਡਾ ਮੈਂ ਇਹ ਸਮਝਦਾ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਨੌਜਵਾਨਾਂ ਵਾਸਤੇ ਜੋ ਨਸ਼ਿਆਂ ਵਾਸਤੇ ਸੈਮੀਨਾਰ ਇਹ ਕੈਂਪ ਲਗਾਇਆ ਗਿਆ, ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਇਸ ਦੇ ਵਿੱਚ ਬਡੌੜਤ ਮਿਲੇਗੀ, ਕਿਉਂਕਿ ਬੱਚਿਆਂ ਦੇ ਵਿੱਚ ਇਹ ਜੋ ਨਸ਼ਿਆਂ ਦਾ ਬਹੁਤ ਵੱਡਾ ਘਾਣ ਹੈਗਾ ਹੋ ਰਿਹਾ ਹੈ, ਸਾਡੀ ਜਵਾਨੀ ਨੂੰ ਇਹ ਭੁਣ ਵਾਂਗ ਖਾ ਰਿਹਾ ਹੈ। ਪਰ ਮੈਂ ਸਮਝਦਾ ਜਦੋਂ ਤੋਂ ਇਸ ਪ੍ਰਸ਼ਾਸਨ ਦੇ ਵਿੱਚ ਸਾਡੇ ਸਤਿਕਾਰਯੋਗ ਇਹ ਸਾਡੀ ਚੌਂਕੀ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਆਏ ਨੇ, ਉਦੋਂ ਤੋਂ ਇੱਥੇ ਬਹੁਤ ਜ਼ਿਆਦਾ ਨਸ਼ਿਆਂ ਨੂੰ ਠੱਲ ਪਈ ਆ ਅਤੇ ਨੌਜਵਾਨਾਂ ਦੇ ਵਿੱਚ ਵੀ ਸੁਧਾਰ ਹੋਇਆ। ਅਸੀਂ ਅੱਗੇ ਤੋਂ ਵੀ ਇਹੀ ਆਸ ਰੱਖਦੇ ਹਾਂ ਕਿ ਇਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਅਸੀਂ ਇਹਨਾਂ ਨੂੰ ਸਹਿਯੋਗ ਦੇਵਾਂਗੇ। ਮੋਢੇ ਦੇ ਨਾਲ ਮੋਢਾ ਜੋੜ ਕੇ ਅਸੀਂ ਪ੍ਰਸ਼ਾਸਨ ਦਾ, ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਹ ਉਪਰਾਲੇ ਕੀਤੇ ਨੇ। ਇਸ ਤਰ੍ਹਾਂ ਦੇ ਸੈਮੀਨਾਰ ਹੋਣੇ ਚਾਹੀਦੇ ਨੇ। ਜਦੋਂ ਅਗਲੀ ਵਾਰ ਇਸ ਤਰ੍ਹਾਂ ਪ੍ਰੋਗਰਾਮ ਹੋਵੇਗਾ ਤਾਂ ਅਸੀਂ ਇਹ ਵਾਅਦੇ ਨਾਲ ਕਹਿੰਦੇ ਹਾਂ ਕਿ ਅਗਲੀ ਵਾਰ ਸਾਡੇ ਕੋਲ ਇਹਦੇ ਨਾਲੋਂ ਵੀ ਜਿਹੜੀ ਹੋਰ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੀ ਨਸ਼ਾ ਦੀ ਕਰਨ ਦੀ ਕੋਈ ਆਦਤ ਹੈਗੀ ਆ ਉਹ ਵੀ ਖਤਮ ਹੋਵੇਗੀ। ਸੋ ਸਹੀ ਇਹ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਤੋਂ ਅਤੇ ਸਾਰੇ ਹੀ ਸਿੱਖ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਕਦ ਸੰਬੰਧ 'ਚ ਪਬਲਿਕ ਮੀਟਿੰਗ ਬੁਲਾਈ ਗਈ ਹੈ? ਪੰਜਾਬ ਸਰਕਾਰ, ਡੀ ਜੀ ਪੀ ਸਾਹਿਬ, ਮਾਨਯੋਗ ਐੱਸ ਐੱਸ ਪੀ ਸਾਹਿਬ, ਸਾਡੇ ਸਾਰਿਆਂ ਦਾ ਜਿਹੜਾ ਮੁੱਖ ਟੀਚਾ ਹੈਗਾ ਕਿ ਵੀ ਪੰਜਾਬ ਨੂੰ ਨਸ਼ਿਆਂ ਮੁਕਤ ਕੀਤਾ ਜਾਵੇ, ਉਹਦੇ ਸੰਬੰਧ ਵਿੱਚ ਅੱਜ ਪਿੰਡ ਲੋਹਟਵੱਦੀ ਵਿਖੇ ਅਸੀਂ ਇੱਕ ਨਸ਼ਿਆਂ ਦੇ ਵਿਰੁੱਧ ਇੱਕ ਸੈਮੀਨਾਰ ਲਾਇਆ, ਜਿੱਥੇ ਸਾਰੇ ਪੰਚਾਇਤ ਮੈਂਬਰ, ਹੋਰ ਪਿੰਡ ਦੇ ਵਾਸੀ ਨਿਵਾਸੀ ਮੁੰਡੇ, ਹੋਰ ਬੱਚੇ ਪ੍ਰੈਜੈਂਟ ਹੈਗੇ ਹੈ, ਜਿਨ੍ਹਾਂ 'ਚ ਅਸੀਂ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਹੈਗੀ ਹੈ ਕਿ ਸਾਡਾ ਸਹਿਯੋਗ ਦੇਣ ਤਾਂ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀਏ। ਕਿਸ ਤਰ੍ਹਾਂ ਦਾ ਲੋਕਾਂ ਦਾ ਹੰਗਾਰਾ ਰਿਹਾ ਜੀ ਇਸ ਵਿੱਚ? ਅੱਜ ਅਸੀਂ ਆਏ ਹਾਂ, ਸਾਨੂੰ ਬਹੁਤ ਹੀ ਪੋਜ਼ਿਟਿਵ ਰਿਸਪੋਂਸ ਮਿਲਿਆ ਪੰਚਾਇਤ ਵੱਲੋਂ। ਉਹ ਸਾਨੂੰ, ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਡੇ ਨਾਲ ਖੜ੍ਹੇ ਨੇ ਸਾਡੀ ਮੁਹਿੰਮ ਵਿੱਚ। ਇਹ ਜਿਹੜੀ ਨਸ਼ੇ ਦੀ ਪ੍ਰੋਬਲਮ ਕਾਫੀ ਵੱਡੀ ਆ, ਇਸ ਤਰ੍ਹਾਂ ਦੀ ਜਿਹੜੀ ਮੀਟਿੰਗਾਂ ਨੇ ਜਾਂ ਸੈਮੀਨਾਰ 'ਚੋਂ ਕੁਛ ਸਾਰਥਕ ਨਤੀਜੇ ਉੱਭਰ ਕੇ ਆ ਰਹੇ ਨੇ, ਨਜ਼ਰ ਆ ਰਹੇ ਕੁਛ ਇਸ ਤਰੀਕੇ ਦਾ? ਰਵੇ ਦੇਖੋ, ਮੈਂ ਇਹ ਸਮਝਦੀ ਹੈਗੀ ਹਾਂ ਕਿ ਵੀ ਸਾਨੂੰ ਸਾਰਿਆਂ ਨੂੰ ਆਪਣਾ ਹਰ ਪੱਖੋਂ ਜ਼ੋਰ ਲਾਉਣਾ ਚਾਹੀਦਾ ਹੈਗਾ ਇਸ ਕੋਡ ਨੂੰ ਆਪਣੇ ਸਮਾਜ ਤੋਂ ਖਤਮ ਕਰਨ ਵਿੱਚ, ਜਿਹਦੇ ਵਿੱਚ ਇਹ ਵਨ ਆਫ ਦ ਇੱਕ ਪੁਆਇੰਟ ਹੈਗਾ, ਇੱਕ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚ ਵਧਾ ਸਕਦੇ ਹਾਂ। ਜਦ ਅਸੀਂ ਪਿੰਡਾਂ 'ਚ ਪਹੁੰਚ ਵਧਾਉਂਦੇ ਹਾਂ, ਪਿੰਡ ਵਾਲੇ ਅੱਗੇ ਹੋਰ ਜਾਗਰੂਕ ਹੁੰਦੇ ਆ, ਉਹ ਅੱਗੇ ਆਪਣੇ ਪਿੰਡ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਕਿਸੇ ਤਰ੍ਹਾਂ ਦਾ ਅੱਗੇ ਐਕਸ਼ਨ ਲੈਂਦੇ ਨੇ। ਅਤੇ ਸਾਡੀ ਇਹੀ ਉਮੀਦ ਹੈਗੀ ਹੈ ਪਿੰਡ ਤੋਂ ਆ ਕੇ ਕਿ ਵੀ ਇਸ ਤੋਂ ਬਾਅਦ ਜਦ ਅਗਲੀ ਵਾਰ ਆਈਏ ਤਾਂ ਸਾਡਾ ਇਹ ਪਿੰਡ ਨਸ਼ਾ ਮੁਕਤ ਹੋਵੇ। ਹੋਰ ਕੀ ਇਸ ਤਰ੍ਹਾਂ ਦੀ ਵੱਖਰੀ ਕੋਈ ਤਕਨੀਕ ਅਪਣਾਈ ਜਾ ਰਹੀ ਹੈ ਮਹਿਕਮੇ ਵੱਲੋਂ ਇਸ ਨਸ਼ੇ 'ਤੇ ਨਕੇਲ ਪਾਉਣ ਲਈ? ਟੈਕਨੀਕ ਮੇ ਬੀ ਸੇਮ ਹੋਵੇ। ਸਭ ਤੋਂ ਪਹਿਲਾਂ ਪ੍ਰੀਵੈਂਸ਼ਨ, ਹਰ ਇੱਕ ਚੀਜ਼ ਦੀ ਜੇ ਇਹ ਚੀਜ਼ ਰੋਕੀ ਜਾ ਸਕੇ
ਸੋ ਅੱਜ ਦਾ ਸੈਮੀਨਾਰ ਪ੍ਰੀਵੈਂਸ਼ਨ ਦੇ ਲਈ ਹੈਗਾ। ਇੱਕ ਹੁੰਦਾ ਹੈਗਾ ਕਿ ਵੀ ਸਾਡੇ ਵੱਲੋਂ ਐਕਸ਼ਨ, ਜਿਹੜੇ ਵੀ ਨਸ਼ੇ ਦਾ ਕੰਮ ਕਰ ਰਹੇ ਨੇ ਪੁਲਿਸ ਵੱਲੋਂ ਪੂਰੇ ਪੰਜਾਬ ਲੈਵਲ 'ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾ ਰਿਹਾ। ਜਿਹੜੇ ਸਾਡੇ ਬੱਚੇ ਨਸ਼ੇ ਦੇ ਨਾਲ ਗ੍ਰਸਤ ਹੋ ਗਏ ਨੇ, ਉਹਨਾਂ ਨੇ ਪੰਚਾਇਤ ਨਾਲ ਵੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਸਾਡੀ ਕੋਸ਼ਿਸ਼ ਹੈਗੀ ਹੈ ਉਹਨਾਂ ਦਾ ਨਸ਼ਾ ਛੁਡਾਇਆ ਜਾਵੇ। ਅਤੇ ਮਲਟੀਪ੍ਰੋਂਗਡ ਅਪਰੋਚ ਹੈਗੀ ਹੈ ਸਾਡੀ। ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ? ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਹੈ ਕਿ ਵੀ ਪ੍ਰਸ਼ਾਸਨ ਨਾਲ, ਪੁਲਿਸ ਨਾਲ ਮਿਲ ਕੇ ਆਪਾਂ ਸਾਰੇ ਆਪਣੇ ਸਮਾਜ ਤੋਂ, ਜਿਹੜੀ ਹੈ ਸਮਾਜਿਕ ਰੀਤੀ ਸਾਡੇ ਸਮਾਜ 'ਚ ਆ ਗਈ ਹੈਗੀ ਹੈ, ਉਹ ਮਿਲ ਕੇ ਆਪਾਂ ਇਹਨੂੰ ਆਪਣੇ ਪੰਜਾਬ ਤੋਂ ਉਹਨੂੰ ਦੂਰ ਕਰੀਏ।